ਭਾਈ ਗੁਰਦਾਸ ਜੀ ਕਹਿੰਦੇ ਭਗਤ ਸੈਨ ਦੇ ਘਰ ਸਾਧੂ ਮਹਾਤਮਾ ਪ੍ਰਾਹੁਣੇ ਆਉਂਦੇ ਆ, ਸਾਰੀ ਸਾਰੀ ਰਾਤ ਕੀਰਤਨ ਕਥਾ ਗਿਆਨ ਗੋਸ਼ਟ ਵਿਚਾਰ ਵਟਾਂਦਰਾ, ਦਿਨ ਚੜ੍ਹੇ ਫਿਰ ਉਹਨਾਂ ਨੂੰ ਬੜੀ ਦੂਰ ਤੱਕ ਵਿਦਾ ਕਰਨ ਜਾਂਦੇ ਆ। ਉਹ ਗੁਆਂਢੀ ਪੁੱਛਦਾ, ਭਗਤ ਜੀ ਤੁਹਾਨੂੰ ਇਹਦਾ ਫਾਇਦਾ ਕੀ ਹੈ? ਪਹਿਲਾਂ ਉਹਨਾਂ ਦੇ ਆਇਆਂ ਦੀ ਸੇਵਾ ਬੜੀ ਸ਼ਰਧਾ ਨਾਲ ਕਰਦੇ ਹੋ, ਫਿਰ ਸਾਰੀ ਰਾਤ ਬੈਠ ਕੇ ਕੀਰਤਨ ਕਥਾ ਗਿਆਨ ਗੋਸ਼ਟ ਵਿਚਾਰ ਵਟਾਂਦਰਾ, ਫਿਰ ਬੜੀ ਦੂਰ ਤੱਕ ਵਿਦਾ ਕਰਨ ਜਾਂਦੇ ਹੋ, ਤੁਹਾਨੂੰ ਮਿਲਦਾ ਕੀ ਇਹਦੇ ਵਿੱਚੋਂ, ਫਾਇਦਾ ਕੀ ਹੈ? ਤੁਹਾਨੂੰ ਵੀ ਪੁੱਛਦੇ ਹੋਣਗੇ ਵੀ ਰੋਜ਼ ਹੀ ਤੁਰ ਜਾਂਦੇ ਹੋ, ਕੀ ਫਾਇਦਾ ਤੁਹਾਨੂੰ, ਕੰਮ ਨਹੀਂ ਪਿਆਰਾ ਕਰਦਾ? ਇਹ ਪਹਿਲਾਂ ਤੋਂ ਹੀ ਲੋਕ ਪੁੱਛਦੇ ਆ, ਅੱਜ ਨਵੇਂ ਨਹੀਂ ਪੁੱਛਣ ਲੱਗੇ। ਪਰ ਜਿਨ੍ਹਾਂ ਨੂੰ ਸੋਝੀ ਆ ਗਈ, ਲਗਨ ਲੱਗ ਗਈ, ਉਹ ਫਿਰ ਦੁਨੀਆਂ ਦੀ ਪਰਵਾਹ ਨਹੀਂ ਕਰਦੇ ਹੁੰਦੇ। ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹਨਾਂ ਦੀ ਵਡਿਆਈ, ਇਹਨਾਂ ਦੀ ਨਿੰਦਿਆ ਝੂਠੀ। ਭਗਤ ਕਬੀਰ ਜੀ ਕਹਿੰਦੇ, ਭਲਿਆ ਤੂੰ ਸੰਗਤ ਹੀ ਨਹੀਂ ਕਰਦਾ, ਜੇ ਤੂੰ ਸੰਗਤ ਕਰਦਾ ਹੁੰਦਾ ਤਾਂ ਤੂੰ ਇਹ ਸਵਾਲ ਨਹੀਂ ਸੀ ਪੁੱਛਣਾ। ਇਹ ਜਿਹੜੀ ਸੱਤ ਪੁਰਸ਼ਾਂ ਦੀ, ਗੁਰਮੁਖਾਂ ਦੀ ਸੰਗਤ ਹੈ, ਇਹ ਜੀਵ ਨੂੰ ਬ੍ਰਹਮ ਦੇ ਵਿੱਚ ਬਦਲ ਦਿੰਦੀ ਹੈ, ਬ੍ਰਹਮ 'ਚ ਭੇਦ ਕਰ ਦਿੰਦੀ। ਕਹਿੰਦਾ ਮਹਾਰਾਜ, ਜੀਵ ਨੂੰ ਬ੍ਰਹਮ 'ਚ ਕਿਵੇਂ ਮਿਲਾ ਦੇਗੀ ਸੰਗਤ, ਕਿਵੇਂ ਬਦਲ ਦੇਗੀ? ਭਗਤ ਕਬੀਰ ਜੀ ਕਹਿੰਦੇ, ਸੰਗਤ ਬਦਲ ਦਿੰਦੀ ਹੈ। ਕਹਿੰਦਾ ਜੀ ਕਿਵੇਂ? ਜਦੋਂ ਕੋਈ ਕਿਵੇਂ ਆਖੇ ਫਿਰ ਉਹਨੂੰ ਆਪਾਂ ਕਹਿੰਦੇ ਜਿਵੇਂ, ਉਦਾਹਰਨਾਂ ਐਗਜੈਂਪਲ। ਕਹਿੰਦੇ ਜਿਵੇਂ ਜਿੱਥੋਂ ਗੰਗਾ ਚੱਲਦੀ ਹੈ ਮਾਨ ਸਰੋਵਰ ਤੋਂ, ਰਾਹ 'ਚ ਜਿੰਨੇ ਸ਼ਹਿਰ ਨੇ ਉਹਨਾਂ ਦੇ ਨਦੀਆਂ ਨਾਲੇ ਸਾਰੇ ਗੰਗਾ 'ਚ ਪੈਂਦੇ ਆ, ਪਰ ਉਹ ਗੰਗਾ ਦੀ ਸੰਗਤ ਕਰਕੇ ਗੰਗਾ ਦਾ ਹੀ ਰੂਪ ਬਣ ਜਾਂਦੇ ਨੇ, ਉਹਨਾਂ ਨੂੰ ਮੈਲਾ ਨਹੀਂ ਕਰ ਸਕਦੇ। ਆ ਲੋਕ ਸਿਆਸੀ ਰੋਟੀਆਂ ਸੇਕ ਰਹੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ, ਅਸੀਂ ਗੰਗਾ ਨੂੰ ਨਿਰਮਲ ਕਰਨਾ ਹੈ, ਗੰਗਾ ਨੂੰ ਅਸੀਂ ਪਵਿੱਤਰ ਕਰਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਗੰਗਾ ਨੂੰ ਕੋਈ ਮੈਲਾ ਹੀ ਨਹੀਂ ਕਰ ਸਕਦਾ ਹੈ। ਜਿੰਨੇ ਮਰਜ਼ੀ ਨਦੀਆਂ ਨਾਲੇ ਗੰਗਾ 'ਚ ਪੈਂਦੇ ਨੇ, ਉਹ ਗੰਗਾ ਦੀ ਸੰਗਤ ਕਰਕੇ ਗੰਗਾ ਦਾ ਹੀ ਰੂਪ ਬਣ। ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾ, ਪਵਿੱਤਰ ਹੋ ਜਾ। ਜਿਹੜਾ ਆਉਂਦਾ ਕਹਿੰਦੇ ਗੰਗਾ ਜੀ ਨੂੰ ਸਾਫ਼ ਕਰਾਂਗੇ, ਉਹ ਤੁਸੀਂ ਆਪਣੀ ਨਿਯਤ ਸਾਫ਼ ਕਰ ਲਓ, ਗੰਗਾ ਜੀ ਤਾਂ ਪਵਿੱਤਰ ਹੀ ਨੇ, ਅੰਦਰ ਤਾਂ ਤੁਹਾਡੇ ਬਿਮਾਰੀ ਹੋਰ ਹੈ। ਕੋਈ ਗੁਰਦੁਆਰਿਆਂ ਦਾ ਨਾਂ ਲੈ ਕੇ ਪਰਜਾ ਨੂੰ ਲੁੱਟੀ ਜਾਂਦਾ, ਕੋਈ ਤੀਰਥਾਂ ਦਾ ਨਾਂ ਲੈ ਕੇ ਲੁੱਟੀ ਜਾਂਦਾ, ਕੋਈ ਧਰਮ ਦਾ ਨਾਂ ਲੈ ਕੇ ਪਰਜਾ ਨੂੰ ਲੁੱਟੀ ਜਾਂਦਾ, ਕੋਈ ਮੰਦਰ ਦਾ ਮਸਲਾ ਬਣਾ ਕੇ ਪਰਜਾ ਨੂੰ ਬੁੱਧੂ ਬਣਾ ਰਿਹਾ, ਕੋਈ ਮਸੀਤ ਦਾ ਨਾਂ ਲੈ ਕੇ। ਮਸੀਤ ਵਿੱਚ ਵੀ ਰੱਬ ਦਾ ਨਾਂ ਲਿਆ ਜਾਂਦਾ, ਮੰਦਰ ਵਿੱਚ ਵੀ ਰੱਬ ਦਾ ਨਾਂ ਲਿਆ ਜਾਂਦਾ, ਗੁਰਦੁਆਰੇ ਦੇ ਵਿੱਚ ਵੀ ਰੱਬ ਦਾ ਹੀ ਨਾਂ ਲਿਆ ਜਾਂਦਾ, ਕੰਧਾਂ ਦਾ ਹੀ ਫਰਕ ਹੈ। ਇਹ ਨਾਮ ਜਪਣ ਵਾਲਿਆਂ ਦੇ ਝਗੜੇ ਨਹੀਂ, ਝਗੜੇ ਉਹਨਾਂ ਦੇ ਨੇ ਜਿਹੜੇ ਧਰਮ ਨੂੰ ਮੰਨਦੇ ਨਹੀਂ। ਲੋਕ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਰਸਈਆਂ, ਕੋਈ ਅਲਾਏ। ਪਾਣੀ ਕਹਿ ਦਿਓ, ਜਲ ਕਹਿ ਦਿਓ, ਉਬ ਕਹਿ ਦਿਓ, ਆਬ ਕਹਿ ਦਿਓ, ਵਾਟਰ ਕਹਿ ਦਿਓ, ਹੈ ਕੀ ਹੈ? ਇੱਕ ਪਾਣੀ ਹੈ। ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਬੀਠਲ, ਕੋਈ ਠਾਕਰ, ਕੋਈ ਗੋਬਿੰਦ, ਕੋਈ ਹਰੇ, ਕਿਹਨੂੰ ਕਹਿੰਦੇ ਨੇ? ਕਹਿੰਦੇ ਪਰਮਾਤਮਾ ਦੇ ਨਾਮ ਨੇ ਸਾਰੇ। ਅਤੇ ਫਿਰ ਕੰਧਾਂ ਕਾਹਤੋਂ ਢਾਨੇ ਹੋ, ਜੇ ਸਾਰੇ ਰੱਬ ਦੇ ਹੀ ਨਾਂ ਨੇ। ਰਾਮ ਵੀ ਉਹਨੂੰ ਕਹਿੰਦੇ ਨੇ, ਅੱਲਾ ਵੀ ਉਹਨੂੰ ਕਹਿੰਦੇ ਨੇ, ਗੋਡ ਵੀ ਉਹਨੂੰ ਕਹਿੰਦੇ ਨੇ। ਤਾਂ ਫਿਰ ਬਈ ਕਿਉਂ ਡੇਗਦੇ ਹੋ ਚਰਚ, ਕਿਉਂ ਡੇਗਦੇ ਹੋ ਮੰਦਰ, ਕਿਉਂ ਡੇਗਦੇ ਹੋ ਮਸੀਤਾਂ, ਗੁਰਦੁਆਰੇ ਕਿਉਂ ਢਾਉਂਦੇ ਹੋ? ਤੁਹਾਡਾ ਮਤਲਬ ਨਹੀਂ ਹੈ, ਮਤਲਬ ਹੈ ਤੁਹਾਨੂੰ ਪਰਜਾ ਨੂੰ ਮੂਰਖ ਬਣਾਉਣਾ ਹੈ, ਕਿਸੇ ਦਾ ਨਾਂ ਲੈ ਕੇ।
ਕੋਈ ਗੁਰਦੁਆਰਾ ਨਹੀਂ ਕਹਿੰਦਾ ਮੰਦਰ ਦੀ ਬੇਅਦਬੀ ਕਰੋ, ਕੋਈ ਮੰਦਰ ਨਹੀਂ ਕਹਿੰਦਾ ਮਸੀਤ ਦੀ ਬੇਅਦਬੀ ਕਰੋ, ਕੋਈ ਮਸੀਤ ਨਹੀਂ ਕਹਿੰਦੀ ਕਹਿੰਦੀ ਚਰਚ ਦੀ ਬੇਅਦਬੀ ਕਰੋ। ਉਹ ਕਹਿੰਦੇ ਸਤਿਕਾਰ ਕਰੋ ਸਾਰਿਆਂ ਦਾ, ਆਪਣੇ ਧਰਮ ਨਾਲ ਪਿਆਰ ਕਰੋ, ਸਾਰੇ ਧਰਮਾਂ ਦਾ ਸਤਿਕਾਰ ਕਰੋ। ਕਹਿੰਦੇ ਜਿੱਥੋਂ ਗੰਗਾ ਚੱਲਦੀ, ਜਿੰਨੀਆਂ ਨਦੀਆਂ ਨਾਲੇ ਚੱਲਦੇ ਆ, ਸਾਰੇ ਗੰਗਾ ਦਾ ਰੂਪ ਬਣ ਜਾਂਦੇ ਆ।